सारे ही दर्शकों नू सत श्री अकाल। पंजाब दे विच सीधी बिजाई हो रही है, बहुते किसान ने जिहड़े लंबे समय तो सीधी बिजाई नाल जुड़े हुए ने। इस वक्त असी श्री मुक्तसर साहब दे पिंड बरकंदी दे विच मौजूद हाँ, एक किसान नाल मिलावांगे। बई की नाम है तुहाडा? शिवराज सिंह जी। किन्ने समय तो बई खेती कर रहे हो ते कि सीधी बिजाई नाल कदों जुड़े सीगे? ਬਾਸਮਤੀ ਦੀ ਖੇਤੀ ਕਰਦੇ ਹਾਂ ਜੀ ਜ਼ਿਆਦਾ, ਝੋਨਾ ਨਹੀਂ ਅਸੀਂ ਕਿਤੇ ਲਾਇਆ। ਠੀਕ ਹੈ। ਅਤੇ ਸਿੱਧੀ ਬਿਜਾਈ ਕਰਦੇ ਹਾਂ, 4 ਸਾਲਾਂ ਤੋਂ ਅਸੀਂ ਜਮ੍ਹਾਂ ਲਗਾਤਾਰ ਸਾਰੇ ਵਾਹੁੰਦੇ ਹੀ ਕਰ ਰਹੇ ਹਾਂ। ਉਦੋਂ ਪਹਿਲਾਂ ਕਿਤੇ 10 ਬੀਜ ਦਿੰਦੇ ਸੀ, ਪਹਿਲੇ ਸਾਲ 5 ਬੀਜੇ, ਦੂਜੇ ਸਾਲ 8, ਤੀਜੇ ਸਾਲ ਅਸੀਂ 10 ਬੀਜਤੇ, ਚੌਥੇ ਸਾਲ 15, ਅਤੇ 4 ਸਾਲ ਹੋ ਗਏ ਸਾਨੂੰ ਜਮ੍ਹਾਂ ਲਗਾਤਾਰ ਹੀ ਸਾਰਾ ਵਾਹੁੰਦਾ। ਸਾਡੇ ਕੋਲ 28-30 ਕਿੱਲਿਆਂ ਦੀ ਖੇਤੀ ਹੁੰਦੀ ਹੈ, ਠਾਈਆਂ ਦੀ ਕਿਤੇ, 30 ਦੀ ਹੋ ਗਈ, ਕਿਤੇ 28 ਦੀ, ਕਿਤੇ 30 ਦੀ, ਇੰਨੀ ਕਰਦੇ ਹਾਂ। ਅਤੇ ਸਾਰੀ ਸਿੱਧੀ ਬਿਜਾਈ ਸਾਰਾ ਸਿੱਧੀ ਬਿਜਾਈ ਲਾਇਆ ਸੀ? ਹਾਂਜੀ। ਇਹ ਕਿਹੜਾ 17-18 ਲਾਉਣੇ ਇਹ ਤੁਸੀਂ? ਹਾਂਜੀ 17-18। ਅੱਛਾ ਬਾਈ, ਸਿੱਧੀ ਬਿਜਾਈ ਦੇ ਵਿੱਚ ਕਿਵੇਂ ਕੋਈ ਮੁਸ਼ਕਲ ਵੀ ਆਈ ਤੁਹਾਨੂੰ ਸ਼ੁਰੂਆਤ 'ਚ? ਬੜੇ ਕੱਖਾਂ ਦੀ ਕਹਿੰਦੇ ਆ, ਜਿੰਨੇ ਵੀ ਕਿਸਾਨ ਹੈ ਨਾ ਉਹ ਕਹਿੰਦੇ ਕੱਖਾਂ ਦੀ ਸਮੱਸਿਆ ਚੂਹਿਆਂ ਦੀ ਆਉਂਦੀ ਆ। ਬਾਈ ਆਹ ਤੇ ਤੁਹਾਡੇ ਸਾਹਮਣੇ ਆ, ਤੁਸੀਂ ਕੈਮਰਾ ਮੜਾ ਕੇ ਵਿਖਾਓ ਆਪਦਾ। ਹਾਂ ਕਰਕੇ ਹਾਂਜੀ, ਕਿੰਨੇ ਕੱਖ ਹੈ ਇਹਦੇ ਵਿੱਚ? ਹਾਂਜੀ, ਕਿੰਨੇ ਦਿਨ ਹੋ ਗਏ ਇਹਦੀ ਬਿਜਾਈ ਹੋਈ? ਇਹ ਬਾਈ 15 ਤਰੀਕ ਦੀ ਸਾਡੀ ਸਿੱਧੀ ਬਿਜਾਈ ਹੋਈ ਹੈ ਜੀ। ਅੱਛਾ, 15 ਜੂਨ ਦੀ। 15 ਜੂਨ ਦੀ? ਹਾਂਜੀ, ਠੀਕ ਹੈ। ਅਤੇ ਬਾਈ ਇਹ ਕੋਈ ਹੈ ਨਾ, ਜਦੋਂ ਸਿੱਧੀ ਬਿਜਾਈ ਕਰਨ ਲੱਗਦੇ ਕਿਸਾਨ ਕਿਹੜੀਆਂ ਸਾਵਧਾਨੀਆਂ ਵਰਤਣ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਆਪਣੇ ਜ਼ਿਮੀਦਾਰੀ ਭਾਸ਼ਾ 'ਚ, ਕਿਸਾਨੀ ਭਾਸ਼ਾ 'ਚ ਦੱਸੋ ਆਪਣੇ ਲੋਕਾਂ? ਇਹ ਬਾਈ ਬੀਜ ਨਾ ਘੱਟ ਪਾਇਆ ਜਾਵੇ। ਅੱਛਾ, ਇਹਨੂੰ ਚੂਹਾ ਖਾ ਜਾਂਦਾ ਕੁਛ ਨਾ ਕੁਛ, ਕੁਛ ਮੱਚ ਮੁੱਚ ਜਾਂਦਾ, ਛੋਟਾ ਹੁੰਦਾ ਕਈ ਵਾਰੀ, ਪਾਣੀ ਛੋਟੇ ਨੂੰ ਜਮਾਂ, ਬਰੀਕ ਨੂੰ ਛੋਟੇ ਨੂੰ ਲੱਗ ਜਾਂਦਾ ਉਦੋਂ ਮੱਚ ਜਾਂਦਾ। ਕੁਛ ਸਪਰੇ ਜਦੋਂ ਆਪਾਂ ਕੱਖਾਂ ਵਾਲੀ ਕਰਦੇ ਕੁਛ ਨਾ ਕੁਛ ਉਦੋਂ ਵੀ ਮਾੜੀ ਮੋਟੀ ਆਉਂਦੀ ਦਿੱਕਤ, ਘੱਟ ਪਾਇਆ ਜਾਵੇ। ਮੈਂ ਤਾਂ ਕਿਸਾਨਾਂ ਨੂੰ ਇਹ ਆ ਨਾ ਭਾਈ, ਇੱਕ ਜਿਹੜੇ ਰੌਣੀ ਕਰਕੇ ਬੀਜਦੇ ਉਹ ਮੜਾ ਕਾ ਆਪਦਾ ਭਾਈ ਮੌਸਮ ਦਾ ਵੇਖ ਕੇ ਕਰੰਡ ਦਾ। ਅੱਛਾ ਬਾਈ, ਜਦੋਂ ਤੁਸੀਂ 2014 ਤੋਂ ਕਰ ਰਹੇ ਹੈਗੇ ਨਾ ਸਿੱਧੀ ਬਿਜਾਈ, ਹੋਰ ਕਿੰਨੇ ਕਿਸਾਨ ਜੋੜ ਦੇ ਨਾਲ ਪ੍ਰੇਰਿਤ ਕੀਤੇ ਫਿਰ ਪੂਰੇ ਕਿਸਾਨਾਂ ਨੂੰ ਵੀ ਭਾਈ ਆ ਜਾਓ ਤੁਸੀਂ ਵੀ ਸਿੱਧੀ ਬਿਜਾਈ ਕਰ ਲਓ? ਬਸ ਸਾਡੇ ਪਿੰਡ ਦੇ ਵਿੱਚ ਬਈ ਸ਼ੁਰੂ ਤੋਂ ਅਸੀਂ 5-7 ਘਰਾਂ ਨੇ ਕੀਤੀ ਸੀਗੀ, ਹੁਣ 70 ਪੈਸੇ ਸਿੱਧੀ ਬਿਜਾਈ ਬਰਕੰਦੀ ਪਿੰਡ ਦੇ ਵਿੱਚ। ਅੱਛਾ, ਤੇ ਜਿਹੜੇ ਬਈ ਨਹੀਂ ਤੈਨੂੰ ਝੇਡਾਂ ਕਰਦੇ ਸੀਗੇ ਫਿਰ ਉਹ ਵੀ ਲੱਗ ਗਏ ਨਾਲ ਹੀ ਹੁਣ ਆ ਕੇ? ਉਹ ਵੀ ਐਤਕੀ 2-3 ਸਾਲਾਂ ਦੇ ਆ ਸਾਡੇ ਆਂਢੀ ਗੁਆਂਢੀ, ਮੇਰੇ ਪਿੰਡ 'ਚ ਤਾਂ ਬਹੁਤ ਲੋਕ ਸਿੱਧੀ ਬਿਜਾਈ ਕਰਦੇ ਆ। ਆਹ ਸੰਗੂ ਤੋਂ ਹੁਣ ਸਾਡੇ ਗਵਾਂਢ ਆ, ਇੱਥੋਂ ਦੇ ਮੈਨੂੰ ਵੇਖ ਕੇ 4-5 ਘਰ ਐਤਕੀ, ਪਿਛਲੇ ਸਾਲ ਵੀ ਦੋਵਾਂ ਨੇ ਕੀਤੀ, ਉਹ ਪਿਛਲੇ ਸਾਲ ਇੱਕ ਨੇ ਕੀਤੀ, ਐਤਕੀ 3-4 ਘਰ ਸਿੱਧੀ ਬਿਜਾਈ ਕਰ ਰਹੇ ਆ ਸਾਡੇ ਨਾਲ। ਠੀਕ ਹੈ। ਤੇ ਬਾਈ ਕੋਈ ਐਂ ਲੱਗਦਾ ਵੀ ਜਦੋਂ ਹਨਾ ਕਈ ਕਿਸਾਨਾਂ ਨਾਲ ਅਸੀਂ ਗੱਲਬਾਤ ਕੀਤੀ ਸੀਗੀ, ਉਹ ਆਉਂਦੇ ਵੀ ਥੋੜੇ ਕੁ ਦਿਨ ਸਬਰ ਜਿਹਾ ਰੱਖਣਾ ਪੈਂਦਾ, ਵੀ ਭਾਈ ਤੁਸੀਂ ਵੀ ਐਂ ਸਬਰ ਦਾ ਬੰਨ੍ਹ ਜਿਹਾ ਰੱਖਿਆ ਸੀਗਾ ਫਿਰ? ਹਾਂ ਬਾਈ, 1 ਮਹੀਨਾ ਨਾ ਪੂਰਾ ਸਬਰ ਹੀ ਰੱਖਣਾ ਪੈਂਦਾ ਇਹਦਾ। ਹਾਂ, 1 ਮਹੀਨਾ ਤੇ ਪਨੀਰ ਹੀ ਹੁੰਦੀ ਆ। ਹਾਂ, ਮਹੀਨੇ ਤੋਂ ਬਾਅਦ ਫਿਰ ਕੰਮ ਚੱਲਦਾ ਇਹਦਾ, ਫਿਰ ਐਂ ਲੱਗਦਾ ਦਿਲ ਨੂੰ ਤਸੱਲੀ ਹੁੰਦੀ ਹੈ, ਮਨ ਖੜਦਾ। ਹਾਂ ਤੇ ਅੱਛਾ 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 ਦੱਸੋ, ਪਹਿਲਾਂ ਤਾਂ ਫਿਰ ਸਾਰੇ ਆਂਢੀ ਗੁਆਂਢੀ ਯਾਰ ਆ ਕਿੱਧਰ ਪੰਗਾ ਲੈ ਲਿਆ ਯਾਰ, ਮੱਚ ਜੂ ਐਂ ਹੋ ਜੂ, ਜਿਉਂ ਹੋ ਜੂ, ਪਹਿਲਾਂ ਤਾਂ ਸੁਣਨੀਆਂ ਹੀ ਪੈਂਦੀਆਂ ਮਹੀਨਾ ਕੁ, ਮਗਰੋਂ ਫਿਰ ਕਹਿੰਦੇ ਯਾਰ ਤੂੰ ਕੀ ਪਾਇਆ ਯਾਰ ਬਾਈ ਝੋਨੇ 'ਚ, ਸਾਨੂੰ ਤੂੰ ਦੱਸ ਕੁਛ ਨਾ ਕੁਛ ਕੀ ਪਾਇਆ। ਮੈਂ ਕਹਿ ਦਿੰਦਾ ਯਾਰ ਅਸੀਂ ਤਾਂ ਕੁਛ ਨਹੀਂ ਪਾਇਆ ਭਰਾਵਾ, ਰੇਹ ਰੂਹ ਪਾ ਕੇ ਡੰਗ ਲਾ ਲਈਦਾ। ਠੀਕ ਹੈ। ਅੱਛਾ ਬਾਈ, ਇਹਦਾ ਝਾੜ ਦਾ 17-18 ਲਾਇਆ ਤੁਸੀਂ, ਕਿੰਨਾ ਕੁ ਫਰਕ ਰਹਿੰਦਾ ਹੈਗਾ ਅਤੇ ਇਹਦੀ ਜਿਹੜੀ ਆਹ ਮਾਰਕੀਟਿੰਗ ਕਿਵੇਂ ਹੁੰਦੀ ਹੈਗੀ ਹੈ? ਇਹ ਬਈ 11-21 ਦਾ ਝਾੜ ਘਟ ਗਿਆ 2-3 ਸਾਲਾਂ ਦਾ, ਠੀਕ ਹੈ, ਇਸ ਕਰਕੇ ਫਿਰ ਲੋ ਸਾਰੇ ਕਿਸਾਨ 17-18 ਕੰਨੀ ਹੋ ਗਏ ਆ ਜੀ, ਤੇ ਇਹਦਾ ਝਾੜ 11-21 ਨਾਲੋਂ 5 ਮਣ ਤੱਕ ਵੱਧ ਹੈਗਾ। ਠੀਕ ਹੈ। ਅੱਛਾ ਬਾਈ, ਕੋਈ ਕਿਸਾਨਾਂ ਨੂੰ ਅਪੀਲ ਕਰਨੀ ਚਾਹੋਗੇ ਵੀ ਭਾਈ ਐ ਸਿੱਧੀ ਬਿਜਾਈ ਕਰ ਲਿਆ ਕਰੋ? ਭਾਈ ਕਿਸਾਨ ਤਾਂ ਉਹ ਤਾਂ ਸਾਰੇ ਹੀ ਸਿਆਣੇ ਆ, ਆਪਾਂ ਤਾਂ ਆਣੇ ਆ ਵੀ ਭਾਈ ਸਾਰੇ ਸਿੱਧੀ ਬਿਜਾਈ ਕਰੋ, ਪਾਣੀ ਦੀ ਬਹੁਤ ਬੱਚਤ। ਕਿੰਨੇ ਪਾਣੀ ਲਾਉਣੇ ਪੈਂਦੇ ਬਾਈ? ਪਾਣੀ ਅਸੀਂ ਤਾਂ 8 ਦਿਨਾਂ ਤੋਂ ਲਾਉਣੇ ਆ। ਅੱਛਾ, ਹੁਣ ਮੌਸਮ ਵੀ ਥੋੜਾ ਸੈੱਟ ਆ? ਹਾਂਜੀ ਸੈੱਟ ਆ, ਪਿਛਲੇ ਐਤਵਾਰ ਦਾ ਪਾਣੀ ਲੱਗਿਆ, ਅੱਜ ਅਸੀਂ ਸ਼ੁਰੂ ਕੀਤਾ ਇਹਨੂੰ ਐਤਵਾਰ। ਠੀਕ ਹੈ। ਤੇ ਜਿਹੜੀ ਕਿੰਨੇ ਕੁ ਪੈਸੇ ਦੀ ਬੱਚਤ ਹੋ ਰਹੀ ਹੈਗੀ ਆ ਲੇਬਰ ਤੋਂ ਲੈ ਕੇ ਜਾਂ ਹੋਰ ਕਿਹੜੇ ਖਰਚਿਆਂ ਤੋਂ, ਸਾਰਾ ਦੱਸੋ। ਇਹਦੇ 'ਚ ਲਵਾਈ ਦੀ ਬੱਚਤ ਆ ਜੀ। ਹਾਂ, ਕਿੰਨੇ ਪੈਸੇ, ਕਿੰਨੇ ਕੁ ਪੈਸੇ ਤੇ ਡੀਜ਼ਲ, ਕਿੰਨੇ ਪੈਸੇ ਬਚਾ ਲਏ ਬਾਈ ਤੁਸੀਂ ਸਿੱਧੀ ਬਿਜਾਈ ਕਰਕੇ? ਯਾਰ ਅੰਦਾਜ਼ਾ ਹੁਣ ਤੁਸੀਂ ਇਹ ਵੇਖ ਲਾ ਵੀ ਹਰੇਕ ਸਾਲ 1 ਲੱਖ ਰੁਪਈਏ ਦਾ ਲਵਾਈ ਬਣਦੀ ਆ, 3,32,000-3,300 ਰੁਪਈਆ ਲਵਾਈ ਚੱਲੀ ਜਾਂਦੀ, 3,500 ਵੀ ਚੱਲੀ। ਹਾਂਜੀ ਹਾਂਜੀ, 1 ਲੱਖ ਰੁਪਈਆ ਸਿੱਧੀ ਇਹਦੀ ਲਵਾਈ ਬਚ ਗਈ, ਫਿਰ ਮੁੜ ਕੇ ਡੀਜ਼ਲ ਜੇ ਆਪਾਂ ਕੱਦੂ ਕਰਤਾ, ਆਹ ਤੁਸੀਂ ਗੁਆਂਢੀ ਵੇਖ ਲਓ ਇਹਦਾ ਝੋਨਾ ਲਾਉਣ ਵਾਲਾ ਪਿਆ, ਤੇ ਕੱਦੂ ਸੁੱਕਿਆ ਪਿਆ, ਬੰਦੇ ਆਏ ਨੀ, ਅੱਧਾ ਲੱਗਿਆ ਅੱਧਾ ਵਿੱਚ ਲਾਉਣ ਵਾਲਾ ਪਿਆ, ਇਹਦੇ ਪਾਣੀ ਨਹੀਂ ਪੂਰਾ, ਚੀਕੀਆਂ ਦਾ ਸਾਡੀਆਂ ਮੋਟਰਾਂ ਬੰਦ ਪਈਆਂ ਬਾਈ, ਧਾਰੀਆਂ ਦੇ ਦਿਆ ਕਰ ਬਾਈ ਨੂੰ, ਉਹ ਧਾਰੀਆਂ ਤਾਂ ਇਹਦਾ ਸਰਾਂਡੀ ਗੁਆਂਢੀ ਨਾਲ ਰਲ ਕੇ ਚੱਲਣਾ ਪੈਂਦਾ। ਹਾਂ ਠੀਕ ਹੈ, ਵੀ 1 ਲੱਖ ਰੁਪਈਆ ਜਾਣੀ ਕਿ ਤੁਹਾਡੀ ਹਰੇਕ ਸਾਲ ਲੇਬਰ ਦੀ ਬੱਚਤ ਹੋ ਜਾਂਦੀ।
ठीक है भाई। कोई पानी की भी मतलब ये नहीं भी जरूरी आप अज इन अज ही पानी लाना जिम्मे कदू सुक गया भाई अज पानी ला दे लाने वाले आए खड़े आ उस चीज ये भी जनरेटर चलाना जो करना जहाँ भाई अज ना लगू सवेरे लग जाओ सवेरे ना चल परसों सही। चलो बहुत बहुत शुक्रिया भाई गलबात करने धन्यवाद मेहरबानी okay।